ਸਤਿ ਸ਼੍ਰੀ ਅਕਾਲ, ਮੈਂ ਹਾਂ ਲਵਲੀ ਤੇ ਤੁਸੀਂ ਦੇਖ ਰਹੇ ਹੋ ਵਨ ਨਿਊਜ਼। ਕੈਂਸਰ ਹੁਣ ਇੱਕ ਆਮ ਜਿਹੀ ਬਿਮਾਰੀ ਹੈ, ਪਰ ਅੱਜ ਇਸ ਨੂੰ ਘਰੇਲੂ ਤਰੀਕਿਆਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਬਸ ਲੋੜ ਹੈ ਇੱਕ ਛੋਟੀ ਜਿਹੀ ਕੋਸ਼ਿਸ਼ ਦੀ, ਛੋਟੇ ਜਿਹੇ ਉਪਰਾਲੇ ਦੀ, ਇੱਕ ਛੋਟੇ ਜਿਹੇ ਉੱਦਮ ਦੀ। ਸਿਆਣਿਆਂ ਨੇ ਕਿਹਾ ਹੈ ਕਿ ਸਰੀਰ ਦੀਆਂ 90% ਦੀਆਂ ਬਿਮਾਰੀਆਂ ਰਸੋਈ ਘਰ ਤੋਂ ਸ਼ੁਰੂ ਹੁੰਦੀਆਂ ਹਨ, ਅਤੇ 90% ਦੀਆਂ ਬਿਮਾਰੀਆਂ ਦਾ ਇਲਾਜ ਵੀ ਸਾਡੀ ਰਸੋਈ ਵਿੱਚ ਹੀ ਹੈ। ਬਸ ਲੋੜ ਹੈ ਇਸ ਨੂੰ ਪਹਿਚਾਨਣ ਦੀ। ਆਓ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇੱਕ ਇਹੋ ਜਿਹੇ ਸ਼ਖਸ ਨਾਲ, ਜੋ ਕਿ ਆਪਣੇ ਪਰਿਵਾਰ ਨਾਲ ਮਿਲ ਕੇ ਲੋਕਾਂ ਦੀ ਫ੍ਰੀ ਸੇਵਾ ਕਰ ਰਹੇ ਹਨ। ਸੁਖਦੇਵ ਸਿੰਘ ਖਾਲਸਾ, ਜੋ ਕਿ ਸ਼ੰਕਰ ਰੋਡ ਨਕੋਦਰ ਦੇ ਰਹਿਣ ਵਾਲੇ ਹਨ ਅਤੇ ਇਹ ਕਣਕ ਦਾ ਜੂਸ ਤਿਆਰ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਕਣਕ ਦੇ ਇਸ ਜੂਸ ਨਾਲ ਕੈਂਸਰ ਅਤੇ ਹੋਰ ਇਸ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਇਲਾਜ ਸੰਭਵ ਹੈ, ਜੋ ਕਿ ਸੁਣਨ ਵਿੱਚ ਇੱਕ ਬਹੁਤ ਹੀ ਅਜੀਬ ਜਿਹੀ ਗੱਲ ਲੱਗਦੀ ਹੈ। ਪਰ ਸਮੇਂ-ਸਮੇਂ ਤੇ ਇਸ ਸੰਬੰਧੀ ਖੋਜਾਂ ਅਤੇ ਨਤੀਜਿਆਂ ਨੇ ਬਹੁਤ ਹੀ ਹੈਰਾਨ ਕਰਨ ਵਾਲੇ ਲਾਹੇਵੰਦ ਸਿੱਟੇ ਪ੍ਰਗਟ ਕੀਤੇ ਹਨ। ਅਸੀਂ ਆਪ ਸਭ ਨੂੰ ਇਸ ਨਿੱਕੇ ਜਿਹੇ ਉਪਰਾਲੇ ਰਾਹੀਂ ਇਸ ਨੂੰ ਕਿਸ ਤਰ੍ਹਾਂ ਉਗਾਇਆ ਅਤੇ ਕਿਸ ਤਰ੍ਹਾਂ ਇਹ ਵਰਤੋਂ ਕਰਨੀ ਹੈ ਦੱਸਣ ਦਾ ਯਤਨ ਕਰ ਰਹੇ ਹਾਂ। ਇਹ ਇੱਕ ਫ੍ਰੀ ਸੇਵਾ ਹੈ। ਇਸ ਨਾਲ ਕਈ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮਰੀਜ਼ਾਂ ਨੇ ਆਪਣੀ ਜ਼ੁਬਾਨੀ ਇਸ ਬਾਰੇ ਦੱਸਿਆ ਹੈ। ਨਕੋਦਰ ਤੋਂ ਵਨ ਨਿਊਜ਼ ਲਈ ਰਵਿੰਦਰ ਵਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਦੇਵ ਸਿੰਘ ਖਾਲਸਾ ਜੀ, ਪੁੱਤਰ ਸਰਦਾਰ ਹਰਬੰਸ ਸਿੰਘ ਜੀ, ਸ਼ੰਕਰ ਰੋਡ ਨਕੋਦਰ। ਮੇਰੇ ਫਾਦਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਸਨ। ਅਸੀਂ ਬਹੁਤ ਸਾਰੇ ਹਸਪਤਾਲਾਂ ਤੋਂ ਇਲਾਜ ਕਰਾਇਆ, ਪਰ ਸਾਨੂੰ ਨਿਰਾਸ਼ਾ ਹੀ ਮਿਲੀ ਸਾਰੇ ਥਾਵਾਂ ਤੋਂ। ਨਿਰਾਸ਼ਾ ਹੋਣ 'ਤੇ ਅਸੀਂ ਘਰ ਬਹਿ ਗਏ। ਫਿਰ ਅਸੀਂ ਯੂਟਿਊਬ 'ਤੇ ਭੈਣ ਜੀ ਦਵਿੰਦਰ ਕੌਰ ਦਾ ਦੇਖਿਆ, ਬੀਟਗ੍ਰਾਫ ਬਾਰੇ ਉਹ ਸੇਵਾ ਕਰ ਰਹੇ ਨੇ, ਕੈਂਸਰ ਬਾਰੇ। ਅਸੀਂ ਲੁਧਿਆਣੇ ਉਹਨਾਂ ਕੋਲ ਪਹੁੰਚੇ, ਅਸੀਂ ਉਹ ਨਿਸ਼ਕਾਮ ਸੇਵਾ ਉਹਨਾਂ ਦੀ ਦੇਖ ਕੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਡੈਡੀ ਜੀ ਲਈ ਪਹਿਲਾਂ ਸ਼ੁਰੂ ਕੀਤਾ ਥੋੜ੍ਹਾ ਜਿਹਾ। ਜਦੋਂ ਦੇਖਿਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ, ਅਤੇ ਅਸੀਂ ਇਸ ਸੇਵਾ ਨੂੰ, ਮਨੁੱਖਤਾ ਦੀ ਸੇਵਾ ਵਾਸਤੇ ਇਸ ਕੰਮ ਨੂੰ ਵਧਾਇਆ। ਮਨੁੱਖਤਾ ਦੀ ਸੇਵਾ ਕਰਕੇ ਸਾਨੂੰ ਬਹੁਤ ਸਕੂਨ ਮਿਲ ਰਿਹਾ ਹੈ। ਜੋ ਅਸੀਂ ਅੰਮ੍ਰਿਤ ਰਸ ਬੀਟਗ੍ਰਾਫ ਦੀ ਸੇਵਾ ਸ਼ੁਰੂ ਕੀਤੀ ਹੈ ਜੀ, ਉੱਥੇ ਬਹੁਤ ਸਾਰੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਰੀਜ਼ ਆਉਂਦੇ ਨੇ। ਇੱਕ ਬੇਟੀ ਆਉਂਦੀ ਹੈ 5 ਸਾਲ ਦੀ ਜੀ, ਉਹਨੂੰ 500 ਸ਼ੂਗਰ ਸੀਗੀ, ਜੋ ਇਸ ਵੇਲੇ 150 ਤੋਂ 200 ਤੱਕ ਰਹਿ ਗਈ ਆ। ਉਹਦਾ ਬੀਟਗ੍ਰਾਫ ਅੰਮ੍ਰਿਤ ਰਸ ਪੀਣ ਦੇ ਨਾਲ। ਇੱਕ ਕੈਂਸਰ ਦਾ ਮਰੀਜ਼ ਸਾਡੇ ਕੋਲ ਆਉਂਦਾ ਜੀ, ਜੋ ਕਿ 45 ਸਾਲ ਉਹਦੀ ਉਮਰ ਆ ਜੀ, ਗਲੇ ਦੇ ਵਿੱਚ ਉਹਦੇ ਕੈਂਸਰ ਆ। ਉਹਦੇ ਪਾਣੀ ਲੰਘਦਾ ਸੀ, ਆਵਾਜ਼ ਉਹਦੀ ਹੌਲੀ ਹੌਲੀ ਡੈੱਡ ਹੁੰਦੀ ਜਾ ਰਹੀ ਸੀ। ਉਹ ਤਕਰੀਬਨ ਇੱਕ ਮਹੀਨੇ ਤੋਂ ਉਹਨੂੰ 2 ਟਾਈਮ ਅਸੀਂ ਡੋਜ਼ ਦਿੰਦੇ ਹਾਂ ਜੀ, 100 ml। ਉਹਦੀ ਆਵਾਜ਼ ਵੀ ਵਧੀਆ ਵਾ ਜੀ, ਹੁਣ ਬਿਲਕੁਲ ਠੀਕ ਹੁੰਦਾ ਜਾ ਰਿਹਾ ਜੀ। ਬੀਟਗ੍ਰਾਫ ਦਾ ਜਿਹੜਾ ਰਿਜ਼ਲਟ ਆ 10-20 ਦਿਨਾਂ 'ਚ ਬਹੁਤ ਵਧੀਆ ਆਉਣ ਲੱਗ ਪਿਆ ਜੀ। ਇੱਕ ਸਾਡੇ ਕੋਲ ਮਾਤਾ ਜੀ ਆਉਂਦੇ ਨੇ, ਉਹ ਵੀ ਕੈਂਸਰ ਦੇ ਮਰੀਜ਼ ਨੇ, ਉਹ ਵੀ ਠੀਕ ਹੁੰਦੇ ਜਾ ਰਹੇ ਨੇ। ਉਹ ਵੀ ਆਪਣੇ ਆਪ ਦੱਸਦੇ ਨੇ ਕਿ ਮੈਂ ਅੱਗੇ ਨਾਲੋਂ ਬਹੁਤ ਠੀਕ ਹਾਂ, ਮੇਰੇ ਸਰੀਰ ਨੂੰ ਬਹੁਤ ਐਨਰਜੀ ਆਈ। ਇੱਦਾਂ ਹੀ ਚੱਕ ਮਗਲਾਣੀ ਤੋਂ ਜੀ ਇੱਕ ਬਜ਼ੁਰਗ ਨੇ, ਉਹਨਾਂ ਦੇ ਵੀ ਗਲੇ ਦੇ ਵਿੱਚ ਕੈਂਸਰ ਆ ਜੀ, ਉਹਨਾਂ ਨੂੰ ਵੀ ਪਾਣੀ ਮਸਾਂ ਹੀ ਲੰਘਦਾ ਸੀ। ਉਹਨੂੰ ਇਸ ਵੇਲੇ ਆਪ ਹੀ ਦੱਸਦੇ ਨੇ, ਦੁੱਧ ਵੀ ਪੀਂਦੇ ਨੇ, ਚਾਹ ਵੀ ਪੀਂਦੇ ਨੇ ਅਤੇ ਦਲੀਆ ਵੀ ਖਾਂਦੇ ਨੇ, ਅਤੇ ਅੱਗੇ ਨਾਲੋਂ ਠੀਕ ਨੇ। ਹੋਰ ਮੇਰੇ ਕੋਲ ਇੱਕ ਸਾਡੇ ਵੀਡੀਓ ਦਫ਼ਤਰ ਤੋਂ ਸੀ, ਉਹਨਾਂ ਨੂੰ ਵੀ ਜਵਾਬ ਮਿਲ ਗਿਆ ਸੀ। ਉਹ ਡਾਕਟਰਾਂ ਨੇ ਕਿਹਾ ਸੀ ਇਹਦੀ 1.5 ਮਹੀਨੇ 'ਚ ਡੈਥ ਆ ਜੀ। ਮੈਂ ਉਹਨਾਂ ਦੇ ਘਰ ਜਾ ਕੇ ਡਰਿਆਂ ਵੀ ਦਿੱਤੀਆਂ, ਹੁਣ ਮੇਰੇ ਕੋਲ ਡਰਿਆਂ ਲੈ ਕੇ ਜਾਂਦੇ ਨੇ, ਲੈਟਰੀਨ ਬਾਥਰੂਮ ਵੀ ਉਹ ਕਹਿੰਦੇ ਵੀ ਹੁਣ ਜਿਹੜਾ ਆਪ ਜਾਂਦੇ ਨੇ, ਖਾਣਾ ਵੀ ਖਾਂਦੇ ਨੇ ਅਤੇ ਬੈੱਡ ਤੋਂ ਉੱਠ ਗਏ ਨੇ ਅਤੇ ਬਹੁਤ ਠੀਕ ਹੋ ਰਹੇ ਨੇ। ਉਸੇ ਪਿੰਡ ਤੋਂ 3 ਮਰੀਜ਼ ਨੇ, ਇੱਕ ਦਰਾਣੀ ਅਤੇ ਜਠਾਣੀ ਨੇ, ਉਹ ਵੀ 2 ਮਹੀਨੇ ਤੋਂ ਆ ਰਹੀਆਂ ਨੇ, ਉਹ ਵੀ ਤਕਰੀਬਨ ਬਹੁਤ ਠੀਕ ਨੇ, ਆਪ ਹੀ ਦੱਸਦੇ ਨੇ। ਅਸੀਂ ਉਹਨਾਂ ਦੇ 1.5 ਤੋਂ 2 ਮਹੀਨੇ ਬਾਅਦ ਫਿਰ ਰਿਜ਼ਲਟ ਆਪਣੇ ਟੈਸਟ ਕਰਾਵਾਂਗੇ। ਫਿਰ ਉਹਨਾਂ ਦੇ ਵਿੱਚ ਦਿਨੋਂ ਦਿਨ ਜਿਹੜਾ ਫਰਕ ਹੁੰਦਾ ਆ ਰਿਹਾ ਵਾ, ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਰਹੀਆਂ ਨੇ, ਬੀਟਗ੍ਰਾਫ ਅੰਮ੍ਰਿਤ ਰਸ ਪੀਣ ਦੇ ਨਾਲ ਤੰਦਰੁਸਤ ਹੋ ਰਹੇ ਨੇ, ਜੋ ਕਿ ਸੰਜੋਗੀ ਜਿੰਨੇ ਵੀ ਲੋਕ ਠੀਕ ਹੋ ਰਹੇ ਨੇ ਨਾਲ ਦੇ ਕੇ ਸੇਵਾ ਸਾਡੇ ਕਰਾਉਂਦੇ ਨੇ। ਖਾਲਸਾ ਜੀ ਵੱਲੋਂ ਬਹੁਤ ਉਪਰਾਲਾ ਹੈ, ਵਧੀਆ ਉਪਰਾਲਾ, ਕੈਂਸਰ ਵਾਸਤੇ, ਸ਼ੂਗਰ ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ, ਸਰੀਰ ਦੀ ਹੋਰ 40-50 ਬਿਮਾਰੀਆਂ ਨੂੰ ਆਰਾਮ ਦਿੰਦਾ ਹੈ। ਮੈਂ 10 ਦਿਨ ਤੋਂ ਗੋਲੀ ਵੀ ਛੱਡ ਦਿੱਤੀ ਆ, ਮੇਰੇ ਬੀਪੀ ਦੀ ਗੋਲੀ ਖਾਣਾ ਉਹ ਵੀ ਗੋਲੀ ਛੱਡ ਦਿੱਤੀ ਆ, ਦੋਨੇ ਚੀਜ਼ਾਂ ਵੀ ਛੱਡ ਦਿੱਤੀਆਂ। ਮੇਰੇ ਬੇਟੇ ਨੂੰ ਵੀ 200 ਸ਼ੂਗਰ ਥੱਲੇ ਰਹਿੰਦੀ, ਉਹਨੂੰ 125 ਸ਼ੂਗਰ ਆਈ ਹੁਣ। ਮੈਂ ਕਰਤਾਰ ਸਿੰਘ ਅਰਮਾਸਰ, ਕਰਤਾਰ ਸੁਖਦੇਵ ਸਿੰਘ ਖਾਲਸਾ ਜੀ ਦੇ ਗ੍ਰਹਿ ਵਿਖੇ ਗਏ, ਜੋ ਉੱਥੇ ਮੈਂ ਵੇਖਿਆ, ਬੜਾ ਦੇਖ ਕੇ ਮਨ ਨੂੰ ਸਕੂਨ ਮਿਲਿਆ। ਉਹ ਬੀਟਗ੍ਰਾਫ ਦੀ ਸੇਵਾ ਕਰ ਰਹੇ ਸਨ। ਅੱਜ ਤੋਂ 1.5 ਮਹੀਨਾ ਪਹਿਲਾਂ ਮੈਂ ਗਿਆ ਸੀ ਉੱਥੇ, 20-25-30 ਮਰੀਜ਼ ਸੀ। ਅੱਜ ਮੈਂ 1.5 ਮਹੀਨੇ ਬਾਅਦ ਫਿਰ ਗਿਆ, 150-200 ਮਰੀਜ਼ ਸੀ। ਉਹਨਾਂ ਨਾਲ ਗੱਲਬਾਤ ਕੀਤੀ, ਉਹ ਪਹਿਲਾਂ ਨਾਲੋਂ ਮੈਨੂੰ ਬਹੁਤ ਖੁਸ਼ ਦਿਖਾਈ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਅਸੀਂ 80% ਠੀਕ ਹੋ ਗਏ। ਅੱਛਾ ਜੀ, ਪਹਿਲਾਂ ਕਿੰਨੀਆਂ ਗੱਡੀਆਂ ਸੀ? ਪਹਿਲਾਂ ਉਹਨਾਂ ਕੋਲ ਗ੍ਰਾਮਾਂ ਦਾ ਸਾਮੀ ਦੱਸਦੇ ਸੀ, ਉਦਾਂ ਅੱਗੇ ਨਾਲ ਕਹਿੰਦੇ ਖਰਚਾ ਥੋੜ੍ਹਾ ਜਿਹਾ। ਮਾਤਾ ਜੀ ਤੁਸੀਂ ਇੱਥੇ ਬੀਟਗ੍ਰਾਫ ਪੀਣ ਆਉਂਦੇ ਆ?
ਤੁਹਾਨੂੰ ਕਿੰਨਾ ਕੁ ਫਾਇਦਾ ਵਾ, ਤੁਹਾਨੂੰ ਕਿੱਥੋਂ ਪਤਾ ਲੱਗਾ ਇੱਥੇ ਬੀਟ ਕਰਾਫ ਦਾ ਵੀ ਖਾਲਸਾ ਜੀ ਉਹਨਾਂ ਨੇ ਸ਼ੰਕਰ ਰੋਡ ਤੇ ਬੀਟ ਕਰਾਫ ਦੀ ਸੇਵਾ ਸ਼ੁਰੂ ਕੀਤੀ ਹੈ? ਮੈਂ ਬਿਲਕੁਲ ਮੰਜੇ ਦੇ ਨਾਲ ਜੁੜ ਗਈ ਸੀ, ਮੈਨੂੰ ਇਹ ਲੱਗਦਾ ਸੀ ਕਿ ਮੇਰੇ ਸੈੱਲ ਖਤਮ ਹੋ ਗਏ ਹੁਣ ਫਿਰ ਦੁਬਾਰਾ, ਤੇ ਮੈਨੂੰ ਹੋਸਪਿਟਲ ਜਾਣਾ ਪਊਗਾ। ਪਰ ਜਿੱਦਣ ਦੀ ਸ਼ੁਰੂ ਕੀਤੀ ਹੈ ਇੰਨੀ ਐਨਰਜੀ ਆਈ ਆ, ਮੈਂ ਹੁਣ ਘਰ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ, ਕੰਮ ਕਰਨ ਲੱਗ ਪਈ ਜੀ। ਮੈਂ ਨਾ 4 ਸਾਲ ਤੋਂ ਸ਼ੂਗਰ ਦੀ ਗੋਲੀ ਖਾ ਰਿਹਾ ਸੀ ਤੇ ਹੁਣ 1 ਮਹੀਨੇ ਤੋਂ ਮੈਂ ਲਗਾਤਾਰ ਇਹਨੂੰ ਪੀ ਰਿਹਾ ਤੇ 20 ਦਿਨ ਤੋਂ ਮੈਂ ਗੋਲੀ ਬਿਲਕੁਲ ਬੰਦ ਕਰ ਦਿੱਤੀ ਹੈ ਸ਼ੂਗਰ ਦੀ, ਮੇਰੀ ਸ਼ੂਗਰ ਬਿਲਕੁਲ ਨੋਰਮਲ ਹੈ। ਤੁਸੀਂ ਆਮ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਵੀ ਵੀਟ ਗ੍ਰਾਸ ਜਿੰਨੀ ਬਹੁਤ ਤੋਂ ਵਧੀਆ ਚੀਜ਼ ਹੈ ਕੋਈ ਨਹੀਂ, ਸਭ ਤੋਂ ਵਧੀਆ ਵੀ ਆਪਣੇ ਘਰਾਂ 'ਚ ਬੀਜੋ ਤੇ ਸਾਰਿਆਂ ਨੂੰ ਇਹੀ ਹੈ ਵੀ ਵੀਟ ਗ੍ਰਾਸ ਪੀਓ ਤਾਂ ਆਪਣੀ ਬਿਮਾਰੀਆਂ ਤੋਂ ਛੁਟਕਾਰਾ ਪਾਓ। ਹੁਣ 235 ਰਹਿ ਗਈ ਹੈ। ਹਾਂਜੀ ਭਾਅ ਜੀ, ਤੁਸੀਂ ਇੱਥੇ ਆਉਂਦੇ ਆ ਵੀਟ ਗ੍ਰਾਸ ਪੀਣ ਆਉਂਦੇ ਆ, ਤੁਹਾਨੂੰ ਕੈਂਸਰ ਸੀਗੀ ਤੇ ਹੁਣ ਤੁਹਾਨੂੰ ਕਿੰਨਾ ਕੁ ਫਾਇਦਾ? ਪਹਿਲਾਂ ਤੁਹਾਡੇ ਕੋਲ ਬੋਲਿਆ ਵੀ ਨਹੀਂ ਜਾਂਦਾ ਸਾਡੇ ਕੋਲ ਪਾਣੀ ਨੀ ਲੰਘਦਾ ਸੀਗਾ, ਲੇਕਿਨ ਜਦੋਂ ਵੀਟ ਗ੍ਰਾਫ ਜੂਸ ਪੀਣ ਲੱਗੇ ਆ ਉਹਨਾਂ ਨੂੰ ਕਾਫੀ ਫਾਇਦਾ ਹੋ ਗਿਆ। ਮਤਲਬ ਕੁਛ ਖਾਂਦੇ ਹੀ ਨਹੀਂ ਸੀ ਪਹਿਲਾਂ, ਹੁਣ ਦਲੀਆ ਵਗੈਰਾ ਦੁੱਧ ਜੂਸ ਵਗੈਰਾ ਪੀਂਦੇ ਆ।